गुरदासपुर के कस्बा कादिया में एक ऐसा बुजुर्ग जोड़ा है जिसके हालात बद से बदतर हैं। यह बुजुर्ग जोड़ा नरक जिंदगी जीने के लिए मजबूर है। इस बुजुर्ग के दो पुत्र थे जिनकी मौत हो चुकी है, जिनमें से एक पुत्र की उम्र 25 साल और एक की 30 साल थी। एक बेटी है जो शादीशुदा है और अपने ससुराल परिवार के साथ रहती है। बुजुर्ग दंपत्ति के हालात ये हैं कि जो माता है वो दिमागी परेशानी के चलते नीव वस्त्र होकर कई बार गलियों में घूमती हैं और बुजुर्ग को शुगर है और पांव पर चोट लगी हुई है। घर के हालात ये हैं कि गंदगी के चलते वहाँ खड़ा होना भी मुश्किल है। बुजुर्ग से बातचीत दौरान बताया कि उसके दो पुत्र थे जिनमें से एक की उम्र 25 साल और एक की 30 साल थी। दोनों ही अब दुनिया में नहीं हैं और बेटी की शादी हुई है। जब से कोरोना की बीमारी फैली है कोई भी हमारे पास नहीं आता, ना ही कोई हमारी मदद करता है। खाना भी आस पड़ोस के लोग ही देते हैं और कोई सरकारी सहायता नहीं मिली। हमारी कोई मदद नहीं करता, हमारी ज़िंदगी बदतर से बदतर होती जा रही है। और हमारी ज़िंदगी नहीं, ज़िंदगी नहीं बल्कि दुखों का पहाड़ है। हम चाहते हैं कोई भगवान का भेजा हुआ इंसान आए और हमारी मदद करे। वहीं बुजुर्ग इतनी दुखों से भरी ज़िंदगी जीने के बावजूद भी भगवान का शुक्रिया अदा करते हैं और कहते हैं कि जो इस दुनिया में लाया है वही इस दुनिया से ले जाएगा। बेचारा तो कदों बच्चे सी, वो एक्सपायर हो गए। सहारा कोई नहीं, पेंशन कोई नहीं, राशन कार्ड कोई नहीं बनया। असं आए पठानकोट, इसलिए बहुत औखा है टाइम। तो फिर वो अं दो मुहियाँ बीबी दो डे पे सहारा तो होना चाहिए ना बच्चा को घर के। जो दो बच्चे से उन्होंने कि हो गया, कि उम्र इदा हो गया? वो एक 30 साल का सी, एक 25 साल का सी। कुदरत ही गेड़ इदा ना वजी गया, की पता की गल हुई है। बेटी भी कोई है तो? बेटी है गई। वो कितने रहते? अमृतसर रहते। ਤੇ ਕਦੀ ਕੋਈ ਆਇਆ ਨਹੀਂ ਤੁਹਾਨੂੰ ਇੱਥੇ ਮਿਲਣ ਜਾਂ ਤੁਹਾਡੀ ਦੇਖਭਾਲ ਕਰਨ ਜਾਂ ਕੋਈ ਤੁਹਾਡੇ ਰਿਸ਼ਤੇਦਾਰ ਜਾਂ ਕੋਈ? ਉਹਨਾਂ ਤਾਂ ਫਾਰਵਰਟੀ ਕਰਦੇ ਹੀ ਆ ਨਾ, ਮਤਲਬ ਜਿਹੜੀ ਕਰੋਨਾ ਦੀ ਚੱਲੀ ਆ ਨਾ ਬਿਮਾਰੀ ਜੀ ਜਾਂਦੀ, ਉਦੋਂ ਤੋਂ ਸਾਰੀ ਹਾਲਾਤ ਖਰਾਬ ਹੋਏ। ਤੁਸੀਂ ਤਾਂ ਨਹੀਂ ਪਰਹੇਜ਼ ਕਰਦੇ ਡਾਕਟਰ, ਜੇ ਡਿਗਰੀਆਂ ਕੀਤੀਆਂ ਡਿਪਲੋਮੇ ਕੀਤੇ, ਭਾਵੇਂ ਮੇਰਾ ਸਕੀ ਭੈਣ ਹੋਵੇ ਜਾਂ ਮੇਰਾ ਭਣੇਵਾਂ ਹੋਵੇ, ਇੱਦਾਂ ਦਾ ਟਾਈਮ ਆ। ਇਸ ਕਰਕੇ ਲੋਕ ਦੂਰੋਂ ਤਾਂ ਲੋਕ ਜ਼ਿਆਦਾ, ਜਿਹੜੇ ਅਸੀਂ ਸਾਡੀਆਂ ਮੌਤਾਂ ਹੋ ਰਹੀਆਂ ਤਾਂ ਜ਼ਿਆਦਾ ਹੋ ਰਹੀਆਂ। ਤੁਹਾਡੇ ਕਿੱਦਾਂ ਫਿਰ ਗੁਜ਼ਾਰਾ ਚੱਲਦਾ ਹੁਣ ਇੱਥੇ? ਤੁਸੀਂ ਦੋਨੋਂ ਹੀ ਰਹਿੰਦੇ, ਤੁਸੀਂ ਦੋਨੋਂ ਹੀ ਬਜ਼ੁਰਗ ਹੋ, ਦੋਨੋਂ ਹੀ ਬਿਮਾਰ ਹੋ, ਕਿਸ ਤਰ੍ਹਾਂ ਫਿਰ ਘਰ ਦਾ ਰੋਟੀ ਪਾਣੀ ਜੇ ਉਹ ਕਿਸ ਤਰ੍ਹਾਂ ਚੱਲਦਾ ਸਾਰਾ? ਰੋਟੀ ਪਾਣੀ ਜਿੰਨਾ ਕੁ ਬਣੇ ਅਤੇ ਇੱਕ ਟਾਈਮ ਬਣਾ ਲਈਦਾ, ਦੋ ਟਾਈਮ ਖਾ ਲਈਦਾ, ਅਤੇ ਰਾਤ ਲੰਘ ਜਾਂਦੀ ਹੈ। ਹੁਣ ਉੱਥੇ ਨਹੀਂ ਗਿਆ, ਚੈੱਕ ਕਰਾਉਣ ਜਾਣਾ ਸੀ, ਪੱਟੀ ਕਰਾਉਣੀ ਹੈ, ਮਜਬੂਰੀ ਹੈ, ਤੋਂ ਹੈ ਤਾਂ ਬਹੁਤ ਮੁਸ਼ਕਿਲ। ਅਤੇ ਆਪਣੀ ਪਤਨੀ ਨੂੰ ਕਿੱਦਾਂ ਸਾਂਭਦੇ? ਉਹ ਵੀ ਬਿਮਾਰ ਨੇ? ਆਹੋ ਉਹ ਵੀ ਨਹੀਂ, ਮੇਰੇ ਨਹੀਂ ਬਸ ਦੀ ਗੱਲ, ਮੈਨੂੰ ਕੋਈ ਆਪ ਨਹੀਂ ਚੱਲਿਆ ਜਾਣਾ, ਮੈਂ ਕੀ ਸਾਂਭਾਂ। ਕੋਈ ਸਰਕਾਰੀ ਸਹਾਇਤਾ ਕੋਈ ਮਿਲੀ ਕਿਸੇ ਤਰੀਕੇ ਦੀ? ਨਹੀਂ। ਕੀ ਚਾਹੁੰਦੇ ਹੋ ਤੁਸੀਂ, ਕੀ ਮਨ ਚਾਹੁੰਦਾ? ਅਸੀਂ ਇਹੋ ਕੋਈ ਇਹੋ ਜਿਹਾ ਕੋਈ ਦੇਵਤਾ ਮਿਲੇ ਕੋਈ, ਜਿਹੜਾ ਪਰਹੇਜ਼ ਕਰੇ ਸਾਡੇ ਬਾਰੇ, ਕੋਈ ਸਫਾਈ ਵਾਲਾ ਬੰਦਾ ਲੱਗ ਜੇ, ਰੋਟੀ ਪੱਕ ਜੇ, ਹੋ ਸਕਦਾ ਹੀ ਠੀਕ ਹੋ ਜਾਈਏ। ਜਿੰਨਾ ਚਿਰ ਪਹਿਲਾਂ ਸਫਾਈ ਦੇ ਬਾਰੇ ਨਹੀਂ ਕੋਈ ਆਉਂਦਾ। ਘਰ ਦਾ ਫਿਰ ਖਰਚਾ, ਦਵਾਈਆਂ ਦਾ ਖਰਚਾ ਕਿੱਦਾਂ ਚੱਲਦਾ? ਹਾਂਜੀ, ਘਰ ਦਾ ਖਰਚਾ, ਦਵਾਈਆਂ ਦਾ ਖਰਚਾ ਕਿੱਦਾਂ ਚੱਲਦਾ? ਇਹੋ ਹੀ ਭੈਣ ਭਰਾ ਹੀ ਮਦਦ ਕਰਦੇ ਆ। ਕਿਸ ਤਰ੍ਹਾਂ ਲੱਗਦੀ ਫਿਰ ਆਪਣੀ ਇਹਨਾਂ ਦੁੱਖਾਂ ਭਰੀ ਜ਼ਿੰਦਗੀ ਦੇ ਵਿੱਚ, ਕਿਸ ਤਰ੍ਹਾਂ ਮਹਿਸੂਸ ਹੁੰਦਾ ਤੁਹਾਨੂੰ, ਕਿਸ ਤਰ੍ਹਾਂ ਲੱਗਦੀ ਆਪਣੀ ਜ਼ਿੰਦਗੀ? ਇਹ ਤਾਂ ਅਧੂਰੀ ਹੈ ਕੋਈ ਜ਼ਿੰਦਗੀ ਕਹਿੰਦੀ ਹੈ, ਸਾਰੇ ਇੱਥੇ ਦਿਨ ਕਰਦੀਆਂ ਸੀ। ਕੋਈ ਪੁੱਛਦਾ? ਕੋਈ ਨਹੀਂ ਪੁੱਛਦਾ, ਸਾਰੇ ਕੰਮ ਅਧੂਰੇ। ਮੈਨੂੰ ਜੇ ਤੁਹਾਡਾ ਸਰੀਰ ਠੀਕ ਹੈ, ਸਭ ਕੁਝ ਠੀਕ ਹੈ, ਬਾਕੀ ਸਾਰੇ ਕੰਮ ਅਧੂਰੇ। ਹੋ ਸਕਦਾ ਜੇ ਮਹਾਰਾਜ ਮਿਹਰਬਾਨ ਹੋਵੇ, ਲੈ ਵੀ ਪਹਿਲਾਂ ਜਿੱਦਾਂ ਤੁਸੀਂ ਮਾਲ ਸਾਹਿਬ ਦੀ ਗੱਲ ਕੀਤੀ, ਉਹ ਵੀ ਰਹਿਮ ਦਿਲ ਨੇ, ਉਹ ਸਾਰੀ ਦੁਨੀਆ ਦੇ ਕੰਮ, ਜਿੱਥੇ ਨਹੀਂ ਰੋਟੀ ਪੱਕਦੀ ਰੋਟੀ ਪਕਾਉਂਦਾ, ਜਿੱਥੇ ਨਹੀਂ ਸਫਾਈ ਹੁੰਦੀ ਪੋਚੇ ਪੋਚੇ ਲਾਉਂਦਾ, ਬਹੁਤ ਉਹਨਾਂ ਨੇ ਪਰਕਰ ਵੱਡਾ ਇਹੋ ਜਿਹੀ, ਤਾਂ ਕੋਈ ਦੇਵਤਾ ਹੁੰਦੇ ਨੇ ਉਹ। ਆਪਣੇ ਬੱਚੇ ਕੋਲ ਨਹੀਂ ਹੈਗੇ ਜਦੋਂ ਹੁੰਦੇ ਸਨ, ਹੁਣ ਨਹੀਂ ਹੈਗੇ, ਹੁਣ ਕਿੱਦਾਂ ਫਿਰ ਕਦੀ ਸੋਚ ਆਉਂਦੀ ਉਹਨਾਂ ਬੱਚਿਆਂ ਦੀ ਜਿਹੜੀ ਜਵਾਨੀ 'ਚ ਇੱਦਾਂ ਚਲੇ ਗਏ? ਸੋਚ ਉਹਦੇ ਬਾਰੇ ਜਦੋਂ ਜ਼ਿਆਦਾ ਕਰਨ ਲੱਗ ਪਈ ਨਾ, ਫਿਰ ਅਸੀਂ ਛੇਤੀ ਮਰ ਜਾਣਾ ਸੀ, ਹੁਣ ਇੰਨੀ ਨਹੀਂ ਕੀਤੀ, ਉਸ ਮਾਲਕ 'ਤੇ ਭਰੋਸਾ ਕੀਤਾ,
ਸਾਨੂੰ ਵੀ ਤੂੰ ਭੇਜਿਆ ਤੂੰ ਲੈ ਗਿਆ ਉਹਨਾਂ ਨੂੰ ਭੇਜਿਆ ਲੈ ਗਿਆ ਜਵਾਨੀ ਵੇਲੇ ਲੈ ਗਿਆ ਲੈਣ ਦੇਣ ਤਾਂ ਉਹਨਾਂ ਦਾ ਹੀ ਖਤਮ ਹੋਇਆ ਅਤੇ ਜੇ ਇੰਨਾ ਦੁੱਖ ਕਰਨ ਲੱਗਿਆ ਜਨਾਨੀਆਂ ਵੀ ਗਈ ਗਈ ਪਾਗਲ ਹੀ ਹੋ ਗਈ ਬੰਦੇ ਪਾਗਲ ਹੋ ਗਏ ਉਹਦੇ ਘਰ ਹੀ ਬਰਬਾਦ ਹੋ ਜਾਂਦੇ ਮਰਿਆ ਨਾ ਮਰਿਆ ਨਹੀਂ ਜਾਂਦਾ ਇਹੋ ਹੀ ਮਹਾਰਾਜ ਦੀ ਕੇ ਬੇਨਤੀ ਕਰਨੀ ਪੈਂਦੀ ਅਰਦਾਸ ਕਰਨੀ ਪੈਂਦੀ ਮਹਾਰਾਜ ਜੇ ਤੁਸੀਂ ਪਾਈ ਹੈ ਇੱਦਾਂ ਕਰ ਦਿਓ ਹਾਲਾਤਾਂ 'ਚ ਰਹਿ ਰਿਹਾ ਤਾਂ ਕੀ ਕਹਿਣਾ ਚਾਹੋਗੇ ਵੇਖੋ ਜੀ ਸਰ ਇਹਨਾਂ ਹਾਲਾਤ ਤਾਂ ਤੁਸੀਂ ਆਪ ਹੀ ਦੇਖ ਲਏ ਆ ਤੁਸੀਂ ਮੂਵੀ ਵੀ ਬਣਾ ਲਈ ਹੈ ਤੁਸੀਂ ਆਪ ਹੀ ਦੇਖ ਲਏ ਆ ਇਹ ਪਹਿਲਾਂ ਤਾਂ ਬੜੇ ਵਧੀਆ ਕੋਈ ਗੱਲ ਨਹੀਂ ਅਤੇ ਅੱਜ ਤੋਂ 6-7 ਮਹੀਨੇ ਪਹਿਲਾਂ ਜਿਹੜੀ ਮਾਤਾ ਜੀ ਉਹ ਮੈਂਟਲੀ ਨਾ ਅਪਸੈਟ ਹੋ ਗਏ ਤੇ ਦਿਮਾਗ 'ਚ ਉਹਨਾਂ ਦੇ ਪਤਾ ਨਹੀਂ ਕੀ ਹੋਇਆ ਰੱਬ ਜਾਣਦੇ ਸਾਨੂੰ ਨਹੀਂ ਪਤਾ ਅਤੇ ਉਹ ਠੀਕ ਨਹੀਂ ਰਹਿੰਦੇ ਅਤੇ ਉਹ ਤਾਂ ਇੱਦਾਂ ਦੇ ਹਾਲਾਤ ਹੈ ਕਿ ਕੱਪੜੇ ਵੀ ਨਹੀਂ ਪਾਉਂਦੇ ਅਤੇ ਬਾਹਰ ਨੂੰ ਭੱਜਦੇ ਨੇ ਅਤੇ ਅੰਕਲ ਜਿਹੜੇ ਨੇ ਬਜ਼ੁਰਗ ਉਹ ਤਾਂ ਬੂਹਾ ਮਾਰ ਕੇ ਰੱਖਦੇ ਅੰਦਰ ਹੀ ਉਹਨਾਂ ਨੂੰ ਠੀਕ ਹੈ ਜੀ ਅਤੇ ਦੂਜਾ ਕਿ ਹੁਣ ਅੰਕਲ ਦੇ ਵੀ ਸੱਟ ਲੱਗ ਚੁੱਕੀ ਹੈ ਅੰਕਲ ਪਹਿਲਾਂ ਠੀਕ ਹੀ ਚੱਲਦੇ ਫਿਰਦੇ ਕੋਈ ਗੱਲ ਨਹੀਂ ਅਤੇ ਉਹਨਾਂ ਦੇ ਸੱਟ ਲੱਗਣ ਕਰਕੇ ਉਹਨਾਂ ਦੇ ਪੈਰ ਦੇ ਜ਼ਖਮ ਹੋ ਗਏ ਨੇ ਬਿਆਰ ਜ਼ਖਮ ਹੋਣ ਕਰਕੇ ਉਹਨਾਂ ਇਲਾਜ ਕੋਈ ਨਹੀਂ ਹੋ ਰਿਹਾ ਉਹਨਾਂ ਦਾ ਇਲਾਜ ਹੋ ਜਾਵੇ ਬਾਕੀ ਰੋਟੀ ਪਾਣੀ ਦਾ ਚਲੋ ਗੁਆਂਢੀ ਸਾਰੇ ਮਹੱਲੇਦਾਰ ਕਰਦੇ ਪਏ ਮਾੜਾ ਮਾੜਾ ਕਰਦੇ ਪਏ ਨੇ ਅਸੀਂ ਚਾਹੁੰਦੇ ਹਾਂ ਕਿ ਉਹਨਾਂ ਦੀ ਕੋਈ ਜਿੱਦਾਂ ਸੰਸਥਾ ਬਣੀਆਂ ਵਾ ਕੋਈ ਸਰਕਾਰ ਉਹਨਾਂ ਦੀ ਵਾਹ ਲਵੇ ਅਤੇ ਉਹਨਾਂ ਦਾ ਇਲਾਜ ਕਰਾ ਸਕੇ।